ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਂਦੀ। ਆ ਪਿਛਲੇ ਦਿਨੀ ਅਸੀਂ ਸਿੰਘ ਸਾਹਿਬ ਗਿਆਨੀ ਤੇਜਾ ਸਿੰਘ ਜੀ ਪੁੱਤਰ ਉਹਨਾਂ ਦੀ ਸ਼ਤਾਬਦੀ ਮਨਾ ਕੇ ਹਟੇ ਹਾਂ। ਜਿਹੜੇ ਇਹ ਐਕਟ ਦਾ ਜਦੋਂ ਅਡਹੌਕ ਐਕਟ ਬਣਿਆ ਉਸ ਵੇਲੇ ਉਹ 20 ਤੋਂ 21 ਤੱਕ ਇੱਕ ਸਾਲ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ। ਉਹਨਾਂ ਨੇ ਆਪਣੇ ਸਮੇਂ ਦੌਰਾਨ ਅਕਾਲ ਤਖਤ ਦੀ ਮਰਿਆਦਾ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਲਿਆਂਦੇ। ਮੈਂ ਸਮਝਦਾ ਸਭ ਤੋਂ ਬਹੁਤ ਵੱਡੀ ਸੂਝ ਬੂਝ ਵਾਲੇ ਸੀ ਜਿਨ੍ਹਾਂ ਨੇ ਇੱਕ ਵੱਡਾ ਦੂਰ ਅੰਦੇਸ਼ ਫੈਸਲਾ ਲਿਆ ਕਿ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਵਿੱਚ ਨਹੀਂ ਤਾਂ ਰੋਜ਼ ਕੋਈ ਨਾ ਕੋਈ ਝਗੜੇ 'ਚ ਵੇਲੇ ਹੋਣਗੇ। ਇੱਕ ਭਾਵੇਂ ਐਕਟ 1925 'ਚ ਬਣਿਆ ਪਰ ਅਡਹੌਕ ਐਕਟ ਬਣਾ ਕੇ ਉਹਨਾਂ ਨੇ ਗੁਰਦੁਆਰਾ ਸਾਹਿਬਾਨ ਦੀ ਅਡਹੌਕ ਬੋਡੀ ਤਿਆਰ ਕੀਤੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦੇ ਵਿੱਚ ਉਹ ਪਹਿਲੇ ਮੈਂਬਰ ਸਾਹਿਬਾਨ ਚੁਣੇ ਗਏ। ਉਸੇ ਤਰਜ ਦੇ 1925 ਦੇ ਵਿੱਚ ਇਹ ਐਕਟ ਬਣ ਗਿਆ। ਉਸ ਵੇਲੇ ਸਾਂਝਾ ਪੰਜਾਬ ਸੀ, ਪਾਕਿਸਤਾਨ ਵਿੱਚ ਸੀ। ਉਸ ਵੇਲੇ ਸਮੁੱਚੇ ਪੰਜਾਬ ਦਾ ਪ੍ਰਬੰਧ ਜਿਹੜਾ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਸਾਰਾ ਖਾਲਸਾ ਪੰਥ ਆਪਣੇ ਤੌਰ 'ਤੇ ਕਰਦਾ ਰਿਹਾ। ਉਹ ਤੋਂ ਇਲਾਵਾ ਆਜ਼ਾਦ ਭਾਰਤ ਹੋਣ ਤੋਂ ਬਾਅਦ ਵੀ ਬਹੁਤ ਸਾਰੇ ਪ੍ਰਬੰਧ ਜਿਹੜੇ ਸੀ ਉਹ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲਦੇ ਰਹੇ, ਪਰ ਕੜੱਤਣ ਆਉਣ ਕਰਕੇ ਉਹ ਪ੍ਰਬੰਧ ਜਿਹੜੇ ਉਹ ਪਾਕਿਸਤਾਨ 'ਚ ਚਲੇ ਗਏ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹਮੇਸ਼ਾ ਹੀ ਚੋਣਾਂ ਹੁੰਦੀਆਂ ਰਹੀਆਂ, ਕਿਉਂਕਿ ਐਕਟ ਦੀ ਇੱਕ ਪ੍ਰੋਵੀਜ਼ਨ ਆ ਕਿ ਸਾਲ ਬਾਅਦ ਅਹੁਦੇਦਾਰ ਜਿਹੜੇ 15 ਆ ਉਹ ਚੁਣੇ ਜਾਣੇ ਆ। ਅਤੇ ਮੈਂ ਪਿਛੋਕੜ ਵੱਲ ਜਿਸਲੇ ਨਿਗਾਹ ਮਾਰਦਾ ਕਈ ਵਾਰੀ ਸਮੇਂ ਇਦੋਂ ਵੀ ਕੜੱਤਣ ਵਾਲੇ ਆਏ, ਪਰ ਲੜਾਈ ਜਿਹੜੀ ਸੀ ਉਹ ਅਕਾਲੀ ਵਰਸੇ 'ਚ ਅਕਾਲੀ ਰਹੀ। ਇੱਕ ਧੜਾ ਇੱਕ ਪਾਸੇ ਹੋ ਗਿਆ, ਇੱਕ ਧੜਾ ਇੱਕ ਪਾਸੇ ਹੋ ਗਿਆ। ਇਵੇਂ ਕਦੇ ਨਹੀਂ ਸੀ ਹੋਇਆ ਕਿ ਸਰਕਾਰਾਂ ਦੀ ਕੋਈ ਮਦਦ ਲਈ ਜਾਵੇ ਜਾਂ ਸਰਕਾਰਾਂ ਉਹਦੇ ਵਿੱਚ ਸਿੱਧੇ ਤੌਰ 'ਤੇ ਘੁਸਪੈਠ ਕਰਨ, ਕਿਉਂਕਿ ਆ ਮੇਰੇ ਸਤਿਕਾਰਯੋਗ ਨਾਲ ਮੈਂਬਰ ਸਾਹਿਬਾਨ ਬੈਠੇ ਆ, ਇਹ ਲੰਮੇ ਸਮੇਂ ਤੋਂ ਇੱਥੇ ਜੱਦੋਜਹਿਦ ਕਈ ਵਾਰੀ ਹੁੰਦੀ ਰਹੀ ਅਤੇ ਕਈ ਵਾਰੀ ਸਰਬਸੰਮਤੀਆਂ ਹੁੰਦੀਆਂ ਰਹੀਆਂ। ਅਤੇ ਖਾਲਸੇ ਪੰਥ ਨੇ ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਨੀਆਂ ਕੁਰਬਾਨੀਆਂ ਕਰਕੇ ਸੋਨ ਵਿੱਚ ਲਿਆਂਦੀ ਸੀ, ਇਹ ਪ੍ਰਬੰਧ ਜਿਉਂ ਦਾ ਤਿਉਂ ਬਰਕਰਾਰ ਰਿਹਾ। ਬਰਕਰਾਰ ਕਹਿਣ ਤੋਂ ਭਾਵ ਸੁਹਿਰਦ ਢੰਗ ਦੇ ਨਾਲ ਸਾਰਾ ਚੱਲਦਾ ਰਿਹਾ। ਆਹ ਜਿਹੜਾ ਹੁਣ ਅਜੋਕਾ ਸਮਾਂ ਚੱਲ ਰਿਹਾ, ਆਹ ਅੱਜ ਜਿਹੜੀ 28 ਤਰੀਕ ਨੂੰ ਇਲੈਕਸ਼ਨ ਹੋਣੀ ਆ, ਮੈਂ ਅੱਜ ਇਹ ਪ੍ਰੈਸ ਕਾਨਫਰੰਸ ਕਰਕੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਿੰਨੇ ਕੁ ਅੱਜ ਸਿੱਖ ਪੰਥ ਵਿਰੋਧੀ ਕਿੰਨੀਆਂ ਕੁ ਜਥੇਬੰਦੀਆਂ ਜਿਹੜੀਆਂ ਅੱਜ ਤਰਲੋ ਮੱਛੀ ਹੋਈਆਂ ਆ, ਚਾਹੇ ਉਹ ਭਾਜਪਾ ਹੋਵੇ, ਚਾਹੇ ਉਹ ਆਪ ਵਾਲੇ ਹੋਣ, ਅਤੇ ਚਾਹੇ ਉਹ ਕਾਂਗਰਸ ਹੋਵੇ, ਅਤੇ ਚਾਹੇ RSS ਹੋਵੇ। ਮੇਰੇ ਕੋਲ ਪੁਖਤਾ ਸਬੂਤ, ਕਈ ਵਾਰੀ ਕਹਿੰਦੇ ਜੀ ਪੁਖਤਾ ਸਬੂਤ ਕੀ ਆ ਤੁਹਾਡੇ ਕੋਲ, ਪੁਖਤਾ ਸਬੂਤ ਜਿਹੜੇ BJP ਦੇ ਨਾਲ ਸਾਂਝਾ ਰੱਖ ਕੇ ਬੈਠੇ ਆ ਉਹ ਹੀ ਅੱਜ ਇਸ ਗੱਲ ਨੂੰ, ਇਸ ਮੁਹਿੰਮ ਨੂੰ ਤਾਰ ਪੀਡੋ ਕਰਨ ਲਈ ਬੜੇ ਕਾਹਲੇ ਆ ਕਿ ਇਹ ਇਲੈਕਸ਼ਨ ਦੇ ਵਿੱਚ ਇੱਕ ਧੜੇ ਦੀ ਸਪੈਸੀਫਿਕ ਤੌਰ 'ਤੇ ਮਦਦ ਕਰੋ। ਉਹ ਧੜਾ ਮੈਨੂੰ ਨਾਂ ਲੈਣ ਦੀ ਲੋੜ ਨਹੀਂ, ਉਹ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਡੈਮੋਕ੍ਰੈਟਿਕ ਨੌਰਮ ਦੇ ਵਿੱਚ, ਹਮੇਸ਼ਾ ਹੀ ਐਨੂਅਲ ਚੋਣ ਦੇ ਵਿੱਚ ਆਪਣਾ ਚੋਖਾ ਯੋਗਦਾਨ ਸਾਰਾ ਪਾਉਂਦਾ ਰਿਹਾ। ਅੱਜ ਮੈਂ ਮੈਂਬਰ ਸਾਹਿਬਾਨ ਮੈਨੂੰ ਟੈਲੀਫੋਨ ਵੀ ਕਰਦੇ ਆ ਕਿ ਆਪ ਦਾ ਕਿਹੜਾ MLA ਜਿਹੜਾ ਮੇਰੇ ਘਰ ਆ ਕੇ ਕਹਿ ਰਿਹਾ ਵੀ ਜੀ ਵੋਟ ਜਿਹੜੀ ਆ ਇਹ ਸ਼੍ਰੋਮਣੀ ਅਕਾਲੀ ਦਲ ਤੋਂ ਖਿਲਾਫ ਜਿਹੜੇ ਖੜ੍ਹੇ ਉਹਨਾਂ ਨੂੰ ਪਾਉਣੀ ਆ। ਅੱਜ ਸਵੇਰੇ ਮੇਰੇ ਕੋਲ, ਮੈਂ ਹੁਣ ਨਾਂ ਬਾਅਦ 'ਚ ਨਸ਼ਰ ਕਰੂੰਗਾ, ਇੱਕ ਜ਼ਿੰਮੇਵਾਰ ਸਾਡੇ ਮੈਂਬਰ ਆ, ਬਹੁਤ ਸਤਿਕਾਰਯੋਗ ਆ, ਉਹਨੂੰ ਵੱਡੀ ਰਕਮ ਦੇਣ ਦਾ ਯਤਨ ਕੀਤਾ ਗਿਆ। ਅਤੇ ਮੈਂ ਪੁੱਛਦਾ ਇਹ ਕੋਈ ਸਰਕਾਰੀ ਪ੍ਰਬੰਧ ਆ, ਇਹ ਕੋਈ ਆਫਿਸ ਆਫ ਪ੍ਰੋਫਿਟ ਆ, ਇਹ ਜੇ ਪੈਸੇ ਦੇ ਕੇ ਕਿਹੜੀ ਕਿਹੜੀ ਗੱਲ ਤੁਸੀਂ ਕਹਿਣੀ ਚਾਹੁੰਦੇ, ਤੁਹਾਡਾ ਪ੍ਰਬੰਧ ਕਿਵੇਂ ਚੱਲੂਗਾ? ਜੇ ਤੁਸੀਂ ਇਹੋ ਹੀ ਕੰਮ ਫੜੇ
तो फिर महानता जी का थोड़े च कोई फर्क नहीं रह जूगा, महंत भी एवें करते सी, जिहड़ा उत्थे आउंदा सी उहदी जेब गर्म कर दिंदे सी। ते मैं ये तां कह रहा कि कांग्रेस के एम पी तक वह भी अपना योगदान पा रहे, सीधे तौर के उत्ते कदे किसी नूं भेजदे कदे किसी नूं भोज भेजदे आ। ते आ जिहड़ी मौजूदा भाजपा सरकार आ, भाजपा आ, देखो अज तक कदे नहीं होई। ये कहिंदे जी सबूत दिओ, मैं कहा सबूत तां तुहाडे विचे बैठे जिहड़े बीजेपी दे विच बैठे आ उहो ही इस गल की शादी भरते आ कि दूसरा धड़ा जिहड़ा अकाली दल तो खिलाफ खड़ा उहदी इमदाद करो। ते आ तुसीं पिछले दिन ही एक फैसला होया सिंह साहब ने दिता सी श्रोमणी अकाली दल के प्रधान साहब दे, भई वह चोणा नहीं लड़ सकते। ते किन्नी खुशी महसूस की आ एक उन्हां दे भाजपा दे लीडर ने, मैं नां नहीं लैणा। ते होर फिर दखलंदाजी कहड़ी तुसीं भाड़दे आ, होर कहड़ी दखलंदाजी आ जिहड़ा तुहानूं सबूत दईए। सो इस करके मैं खालसा पंथ नूं ये अजोके समय तो सावधान करना चाहुंदा, भरा भरा कट्ठे हो जाते होंगे आ, इन्नियां दूरियां ना बधाओ कि सिख परंपरावां दा घाण कर दईए। ये कल नूं कीतियां आ फिर मोहरे भी आउणियां, जे अज आपां पराणियां उहनां बाहां दा साथ लवांगे। पहले तो मैं पूछना चाहुंदा जिहड़ियां सरकारां तिन्ने ही इन्हां दा कोई धर्म दे विच विश्वास हैगा? जे हैगा आ ते अपना धर्म दसण किहड़ा उहनां दा, ते फिर श्रोमणी गुरद्वारा प्रबंधक कमेटी दखलंदाजी क्यों कीती जा रही आ? ते मैं ये भी सावधान करना चाहुंदा खालसा पंथ नूं कि बहुत वड्डा नुकसान हो गया, कित्थों पटना साहब हजूर साहब तो तुरे आ और अज वो शंभू बार्डर ते आके खड़ गए। तो शंभू बार्डर तो गांह हुण उन्होंने अपनी एक पैसेज भी बना लिया इन्हां दे जरिए कि हुण अमृतसर किवें पहुँचना, ताकतां नूं किवें हाथ पाउणा जाके। सो मैं इस करके तुहानूं इह कहना चाहुंदा कि पटना साहब का किसी वेले प्रबंध श्रोमणी गुरद्वारा प्रबंधक कमेटी को हुंदा सी। मेरे वेले भी उत्थे सरदार महेंद्र सिंह रमाणा तख्त पटना साहब दे इत्थों साडे मैंबर सी, नाल मेरे मैंबर एग्जैक्टिव दे भी रहे आ, वह उत्थों के प्रधान रहे आ। हजूर साहब के विच पंज मैंबर साडे हुंदे सी ते किसे वेले टौड़ा साहब भी उहदे प्रधान रहे। वह अज बोर्ड बना के सारी ताकत खुस लई, विच उहनां दे कीता की आ कि तीन जां चार मैंबर चुण के आउणगे, बाकी नॉमीनेशनां ते नॉमीनेशनां किन करनियां सरकारां ने। ते श्रोमणी कमेटी का की आ कि पांच मैंबर असीं दिंदे सी हुण दो ते आ गए। मेरा कहण तो भाव खालसा पंथ ये सुत्ता आ जागे तां कि संप्रदावां जिहड़ियां अज साडे मगर हाथ धो के पईआं। हुण मैं दिल्ली गुरद्वारा प्रबंधक कमेटी उहदा तुसीं मेरे तों बेहतर जाणदे आ कि जिहले तां कोई सिख पंथ की गल आवे अखां मीट लैंदे आ, ते जिहले ताकत हथियाउण की गल होवे फिर अखां खोल लैंदे आ। ते इस करके मैं कहना चाहुंदा आ पिछले दिन ही गल चली सी एक जी, भई जदों आपां बंदी सिंघां दी रिहाई लई दिल्ली जाना सी, ते ओह हुण मेरा भावें मोता ये है नहीं अज दा एजेंडा, पर मैं दसना चाहुंदा उहदे विच भी दिल्ली वालिआं दा बहुत वड्डा योगदान सी। आ मेरे को सबूत पिआ तुहानूं मैं दे दूंगा इलैक्शन तों बाद भी किहड़े ओह कारण सी। मैं कुछ पक्ष जिहड़े इलैक्शन तों बाद उस क्योंकि तरीक तो पहला नहीं उस तो बाद वो थोड़े नाल सारे स्पष्ट भी करूँगा। सो मैं बेनती करता निम्रता सहित खालसा पंथ नूं कि तुसीं जागो, नहीं तो जे सुते रह गए फिर उदों पता लगना जदों दुश्मन घर आ बड़िया। उदा मैनू आस आ पूर्ण तौर दे उत्ते कि खालसा पंथ ने कदे भी बाहरी ताकत जिहड़ियां एंटी पंथक फोर्सेज आ उन्हां नूं कदे लागे नहीं लगन दिता, पर फिर भी कई बार आपां बेसले रह जांदे आ। मैं धन्नवाद करदा समुचे तौर पर आ श्रोमणी गुरद्वारा प्रबंधक कमेटी के मैंबर साहिबान बैठे आ और समुचे तौर पर धन गुरु रामदास पातशाह जी का, गुरु ग्रंथ साहिब पातशाह का धन्नवाद करदा, ते धन्नवाद करदा प्रधान श्रोमणी अकाली दल ते समुची तौर पर सारी लीडरशिप का सीनियर का, जिन्हां ने मेरे ते भरोसा करके मैनू दोबारा 28 तरीक लई बतौर मुख सेवादार दी सेवा सौंपी आ। उहदी क्योंकि वोटिंग जिहड़ी उह 28 नूं होणी आ। आ मैंबर साहिबान कंध वांग खड़े आ। मैं कई बार देखदा जिले पुराना बेला चेता करदा, मैं खाड़कू बात दा जिले बहुत पुलिस तंग करदी सी ते लोग छाती ताण के मोड़े खड़दे सी, ये सारे मैंबर साहिबान जिहड़े आ ये कंध बन के खड़े आ कि सानू खालसा पंथ ने वोटां
श्री अकाल तख्त साहब के पवित्र सिद्धांत ते श्रोमणी गुरुद्वारा प्रबंधक कमेटी के प्रबंध ते ये प्रचार प्रसार ले सानू चुनिया सी ते अज इन्हां परंपरावां दे उत्ते पहरा दे रहे हैं। सो मैं फिर दोबारा तो जिहड़े अज कई बार मैनू भी कहणगे जिहड़े अज बैठे भावें वो विचारक तौर ते दूए पासे, मैं उन्होंने भी सिमर बेनती करनी चाहुंदा, खालसा पंथ नूं बंडियां ना पाओ। खालसा पंथ दीआं परंपरावां जिहड़ियां वो निगर ते नरोईआं आ, पुराणीआं पुरातन देख लो, जदों इत्थे अपने बहुत बड़े झगड़े भी हुंदे सी उस वेले भी एकत्र हो के देखदे सी वी बाहरी फोर्स किहड़ी आ ते उहदे नाल टकराअ करदे सी, टकराअ नहीं सी करदे, फतेह हासिल करदे सी। सो खालसा पंथ हमेशा ही बख्शेंद रहा, पर कई बारी पैड़ां इहो जिहियां पा दिंदे जिहदे नाल शर्मशार होना पैंदा। ते मैं सरकारां नूं भी बेनती करदा, बेनती कहूंगे कई बारी बेनती शब्द के उत्ते भी किंतु परंतु हो जाऊगा, भई तुसीं ये अग दे विच हाथ ना पाओ। जिहड़ियां भी ताकतां ने जदों भी कदे सिख पंथ दे विच ते खास करके श्रोमणी कमेटी च हाथ पाया, वह हाथ लूह हो के निकले आ, जिहदे जिंदा सबूत साडे सामने आ। सो ये खालसा पंथ की श्रोमणी गुरद्वारा प्रबंधक कमेटी महान जथेबंदी आ, इहदा प्रबंध सिखां कोले रहिंदा, पर कई बारी आपां बहरूपियां नूं विच वाड़ लैंदे आ ते उहदा सानूं सारिआं नूं खमियाजा भी भुगतना पैंदा। सो गुरु साहब कृपा करन, बख्शिश करन, मैं जिथे अंत फिर सारी जथेबंदी का ते श्रोमणी गुरद्वारा प्रबंधक कमेटी ते सारिआं दा श्रोमणी अकाली दल का धन्नवाद करदा, उत्थे आस भी रखदा कि जिहड़ियां तुहाडियां 104 साल दीआं पुराणीआं परंपरावां आ, ਇਹ ਪਹਿਲਾ ਮੌਕਾ ਨਹੀਂ, ਬਹੁਤ ਵਾਰੀ ਮੈਂ ਪਿਛੋਕੜ ਵੱਲ ਨਿਗਾਹ ਮਾਰਦਾ, ਮੌਕੇ ਆਏ ਆ, ਪਰ ਖਾਲਸਾ ਪੰਥ ਹਮੇਸ਼ਾ ਹੀ ਤਕੜਾ ਹੋ ਕੇ ਨਿਕਲਦਾ ਰਿਹਾ ਅਤੇ ਆਪਾਂ ਏਕੇ ਵੱਲ ਨੂੰ ਵਧੀਏ, ਏਕੇ ਦੇ ਵਿੱਚ ਹੀ ਬਲ ਹੁੰਦਾ। ਇਹ ਤਾਂ ਪੁਰਾਣੀਆਂ ਸਾਡੀਆਂ ਕਹਾਣੀਆਂ ਵੀ ਅਤੇ ਸਾਡੀਆਂ ਪਰੰਪਰਾਵਾਂ ਵੀ ਇਹ ਕਹਿੰਦੀਆਂ, ਨਾ ਕਿ ਦੂਰੀਆਂ ਇੰਨੀਆਂ ਵਧਾ ਦਈਏ ਕਿ ਦੁਸ਼ਮਣ ਗੱਭੇ ਸਪੇਸ ਦੇ ਵਿੱਚ ਗੱਭੇ ਖੜਾ ਹੋ ਜਾਏ, ਫਿਰ ਵੱਡਾ ਬੰਦੇ ਨੂੰ ਪਛਤਾਵਾ ਰਹਿ ਜਾਂਦਾ, ਪਛਤਾਉਣਾ ਨਾ ਪਵੇ। ਤਕੜੇ ਹੋ ਕੇ ਆਪਾਂ ਇਹ ਜਿਹੜੀ 28 ਦੀ ਇਲੈਕਸ਼ਨ ਆ ਉਹ ਖਾਲਸਾ ਪੰਥ ਦੀ ਮਹਾਨ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਵਿੱਚ ਉਦਣ 28 ਨੂੰ ਸਾਰਾ ਜਿਹੜਾ ਆ ਫੈਸਲਾ ਹੋ ਜਾਊਗਾ। ਅਤੇ ਫਿਰ ਇਹ ਚਲੋ ਕੋਈ ਗੱਲ ਨਹੀਂ, ਪਹਿਲੀ ਵਾਰੀ ਨਹੀਂ ਭਈ ਆਪਾਂ ਵੋਟਾਂ ਪਹਿਲੀ ਵਾਰੀ ਇੱਕ ਦੂਜੇ ਨੂੰ ਪਾਉਣੀਆਂ, ਪਰ ਆਹ ਜਿਹੜੀ ਇਲੈਕਸ਼ਨ ਆ ਇਸ ਇਲੈਕਸ਼ਨ ਨੇ ਧੱਜੀਆਂ ਉਡਾ ਦਿੱਤੀਆਂ, ਇਹਨਾਂ ਨੇ ਕੋਈ ਸਿਸਟਮ ਨਹੀਂ ਛੱਡਿਆ। ਮੈਂ ਕਿਉਂਕਿ ਮੈਂਬਰ ਸਾਹਿਬਾਨ ਵੀ ਤੁਹਾਡੇ ਸਾਹਮਣੇ ਫਿਰ ਕਰੂੰਗਾ ਬਾਅਦ 'ਚ ਵੀ ਕਿਹੜੇ ਆਪ ਵਾਲੇ ਕਿਹੜੇ ਕਿੱਥੇ ਜਾਂਦੇ ਰਹੇ, ਕਿੱਥੇ ਕਾਂਗਰਸ ਵਾਲੇ ਕਹਿੰਦੇ ਰਹੇ, ਕਿੱਥੇ ਬੀਜੇਪੀ ਵਾਲੇ ਕਹਿੰਦੇ ਰਹੇ, ਅਤੇ ਕਿੱਥੇ ਪੈਸਿਆਂ ਦੀਆਂ ਔਫਰਾਂ ਕਰਦੇ ਰਹੇ। ਅਤੇ ਮੈਂ ਸਮਝਦਾ ਯਾਰ ਜੇ ਆਪਾਂ ਪੈਸਿਆਂ ਦੇ ਨਾਲ ਹੀ ਵੋਟਾਂ ਪਵਾਉਣੀਆਂ ਤਾਂ ਫਿਰ ਤੁਸੀਂ ਕਿਹੜਾ ਪ੍ਰਬੰਧ ਦਿਓਗੇ, ਇਹ ਪ੍ਰਬੰਧ ਦਾ ਕਿਹੜਾ ਸਿਸਟਮ ਆ? ਇਹ ਤਾਂ ਤੁਹਾਨੂੰ ਲੋਕਾਂ ਨੇ ਚੁਣਿਆ ਸੀ ਖਾਲਸੇ ਦੀਆਂ ਪਰੰਪਰਾਵਾਂ ਬਰਕਰਾਰ ਰੱਖਣ ਲਈ, ਅਤੇ ਤੁਸੀਂ ਹੁਣ ਸਿੱਖੀ ਨੂੰ ਪੈਸੇ ਨਾ ਨਾਪੋਗੇ? ਅਤੇ ਮੈਂ ਮੈਂਬਰ ਸਾਹਿਬਾਨ ਜਿਹੜੇ ਉਹਨਾਂ ਦਾ ਵਿਚਾਰਿਆਂ ਦੀ ਦਾਤ ਦਿੰਦਾ, ਜਿਹਨੇ ਕਿਹਾ ਵੀ ਨਹੀਂ ਇਹ ਲੈ ਜਾਓ, ਸਾਨੂੰ ਕੋਈ ਲੋੜ ਨਹੀਂ, ਸਾਡੇ ਕੋਲ ਆਪਣੀ ਦਸਾਂ ਨਾਹਾਂ ਦੀ ਕਿਰਤ ਬਹੁਤ ਆ। ਅਤੇ ਮੈਂ ਇਸ ਕਰਕੇ ਤੁਹਾਨੂੰ ਇਸ ਕਾਹਲੀ ਦੇ ਵਿੱਚ ਸਮਾਂ ਦਿੱਤਾ ਸੀ, ਮੈਂ ਕਿਉਂਕਿ ਇਕੱਲੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਜਥੇਬੰਦੀ ਨੇ ਉਹ ਐਲਾਨ ਕੀਤਾ ਸੀ ਉੱਥੇ, ਅਤੇ ਮੈਂ ਕਿਹਾ ਵੀ ਅੱਜ ਤੁਹਾਡੇ ਨਾਲੇ ਦਰਸ਼ਨ ਹੋ ਜਾਣਗੇ, ਨਾਲੇ ਆ ਜਿਹੜਾ ਚੱਲ ਰਿਹਾ ਕਈ ਦਿਨਾਂ ਦਾ ਵਰਤਾਰਾ ਇਹ ਵੀ ਤੁਹਾਡੇ ਨਾਲ ਸਾਂਝੀ ਕਰ ਲਵਾਂ ਕਿ ਕੀ ਕੁਛ ਇਸ ਇਲੈਕਸ਼ਨ ਦੇ ਵਿੱਚ ਹੋ ਰਿਹਾ। ਜਿਹੜੇ ਆਪਣੇ ਆਪ ਨੂੰ ਸੁਧਾਰਵਾਦੀ ਦੱਸਣ ਵਾਲੇ ਉਹ ਸੁਧਾਰਵਾਦੀ ਅੱਜ ਪਰੰਪਰਾ ਦਾ ਕਿਵੇਂ ਘਾਣ ਕਰ ਰਹੇ ਆ, ਅੱਜ ਫੌੜੀਆਂ ਦੇ ਉੱਤੇ ਕਿਵੇਂ ਜਿਹੜੇ ਆ ਉਹ ਟਿਕ ਰਹੇ ਆ। ਸੋ ਇਸ ਕਰਕੇ ਮੈਂ ਤੁਹਾਡਾ ਫਿਰ ਸਾਰਿਆਂ ਦਾ ਅਤੇ ਮੈਂਬਰ ਸਾਹਿਬਾਨਾਂ ਦਾ ਸਮੁੱਚੇ ਸਾਰੇ ਹਾਊਸ ਦਾ, ਅੱਜ ਕਿਉਂਕਿ ਅਸੀਂ ਥੋੜ੍ਹੇ ਆਹ ਅੰਮ੍ਰਿਤਸਰ ਵਾਲੇ ਅਤੇ ਤਰਨ ਤਾਰਨ ਵਾਲੇ ਸੱਦੇ ਸੀ ਕਿ ਬਾਕੀਆਂ ਨੂੰ ਐਡੀ ਦੂਰ ਕਾਹਨੂੰ ਕਸ਼ਟ ਦੇਣਾ, ਇਹਨਾਂ ਦਾ ਸਾਰਿਆਂ ਦਾ ਹੀ ਧੰਨਵਾਦ ਕਰਦਾ, ਸਮਾਂ ਕੱਢ ਕੇ ਆਏ ਆ, ਗੁਰੂ ਕਿਰਪਾ ਕਰੇ। ਫਿਰ ਦੁਬਾਰਾ ਦਿਲ ਦੀਆਂ ਡੰਗਿਆਈਆਂ ਤੋਂ ਜਥੇਬੰਦੀ ਦਾ, ਸ਼੍ਰੋਮਣੀ ਕਮੇਟੀ ਦਾ ਅਤੇ ਅਕਾਲੀ ਦਲ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿੱਲੀ ਕਮੇਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀ ਸੀ, ਉਸ ਤੋਂ ਬਾਅਦ ਸਾਰੇ ਹੀ ਬਾਗੀ ਹੋ ਗਏ ਮੈਂਬਰ ਜਿਹੜੇ ਹੋ ਗਏ, ਬਾਗੀ ਕਹਦੇ ਕਹਿਣੇ ਹੋ ਗਏ ਭਗੌੜੇ ਹੀ ਹੋ ਗਏ ਇੱਕ ਸਬਰ ਨਾਲ, ਪਰ ਜਿਹੜੇ ਅਕਾਲੀ ਦਲ ਦੇ ਪੰਜਾਬ ਦੇ ਮੈਂਬਰ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਤੁਹਾਡੇ ਨੂੰ ਡੱਟ ਕੇ ਖੜੇ ਉੱਤੇ ਕੀ ਕਹਿਣਾ ਚਾਹੁੰਦੇ, ਦੋਵਾਂ 'ਚੋਂ ਅੰਤਰ ਕੀ ਹੈ? ਦੇਖੋ ਜਿਹੜੀ ਦਿੱਲੀ ਆ ਉਹ ਦੇਸ਼ ਦੀ ਰਾਜਧਾਨੀ ਆ, ਇਹ ਪੰਜਾਬ ਸਾਰਾ ਗੁਰਾਂ ਦੀ ਧਰਤੀ, ਦਿੱਲੀ ਵੀ ਗੁਰਾਂ ਦੀ ਧਰਤੀ ਸੀ, ਇਹ ਠੀਕ ਆ ਵੀ ਉੱਥੇ ਪ੍ਰਬੰਧ ਕਿਉਂਕਿ ਉੱਥੇ ਬੈਠਾ ਦਿੱਲੀ ਦਾ ਤਖ਼ਤ, ਅਤੇ ਆਹ ਅੰਮ੍ਰਿਤਸਰ ਦੇ ਮੈਂਬਰ ਬੈਠੇ ਅਕਾਲ ਤਖ਼ਤ ਦੀ ਤਾਬਿਆ,
बस इन्ना ही फर्क है, इन्हें अकाल तख्त तो वगैया नहीं करनी, उन्हें दिल्ली का पानी भरना, तो जिन्हें दिल्ली का पानी भरना उन्हें फिर वरतनी है। हुण मैं मूँह पाड़ पाड़ इतने कह मेरे तो बाद प्रेस जान दी तुसी कि जेड़े कल श्रोमणी अकाली दल दीआं वोटां लैके जिते सी ते की गब्बे खिला आ गया सी, प्रधान भी बन गया सी, सारा कुछ हो गया सी। ये सिर्फ इन्ना ही फर्क है। मैं खालसे पंथ नूं भी बेनती करदा दुनियावी ताकत आने आ चले जाने आ। आप पिछला 73 साल का समा देख लो किन्ने काए किन्ने चल गए, पर खालसा पंथ के झंडे ते श्री अकाल तख्त साहब का पवित्र सिद्धांत जिन्ना सिख सिख जिन्ना सिख ने प्रणाय रखना उन्नी बात तरक्की होनी, कौम की भी ओडी बड़ी तरक्की होनी। देखो वो पोलीटिकल फील्ड बखरा, मैं वह भी समा थानू दस सकदा। साडे पिछले हाउसां दे विच एक कांग्रेस के मैंबर बन गए सी, मैं नाम भी दस दूंगा। वो जदों आउंदी सी एनुअल चोण, वह कहिंदे कांग्रेस कहिंदा ना बई मैं श्रोमणी कमेटी का मैंबर पहला फर्ज अपनी अदा करूंगा। इदां दे समय आए आ, मैं दस दिना इन्हां दी धार्मिक तौर दे उत्ते, चलो राजनीतिक बखरी होंदी आ पर धार्मिक तौर दे उत्ते ये मैं समझदा प्रतीक आ उन्हां नूं सारिया नूं भई खालसा पंथ दा किन्ना किन्ना दे हिरदे विच मोह आ। करूंगा मैं क्या मैं करूंगा, मैं हाले हाले चलो मैं हुण तुसीं मेरे तो क्यास वालियां लाओ मजीठिया साहब क्योंकि अमृतसर च रहिंदे आ, उन्हां नूं भी वध खबरां मिलदियां ते खबरां मैनूं भी मिलदियां, पर मैं एट दी स्टेज नहीं तुहानूं दसूंगा सारे किथे किथे की हुंदा रहा। पिछली वार वी बीबी जगीर कौर चोण लड़े सी, पिछली वार दे और इस चोण च अंतर की है, क्योंकि उदों वी इह इल्जाम लगदे सी कि आरएसएस बीजेपी, इस वार की वखरा, क्योंकि कुछ मैंबर इस वार तुसीं सुधार लहर दा वी जिक्र कीता, उह वी इक नवां उहदे विच ऐड ऑन होया, ते उहदे नाल की तुहानूं लगदा कि पिछली चोण ते और इस च अंतर? देखो उह चोण सी साडी कुछ चणीता तौर दे उत्ते इन्नी नहीं सी कि भाई इन्नी जिनी जिन्ना हुण सिस्टम चलिया। हुण तां श्रोमणी कमेटी वर्से समुचा मैं कहिंदा प्रबंध ही आ, किहड़ा प्रबंध बिचे बीजेपी बिचे आप ते बिचे अपने कांग्रेस पार्टी, ये मतलब तुसीं क्योंकि प्रेस वालिआं नूं तुसीं सानूं सारा वध पता आ कि उस वेले भी चलो मतभेद सी ਉਹ ਮਤ ਭੇਜ ਸਕੇ ਇਹਨਾਂ ਦੇ ਵੀ ਜੀ ਨਾਂ ਨਹੀਂ ਪਹਿਲਾਂ ਅਨਾਊਂਸ ਕਰਦੇ, ਨਾਂ ਵੀ ਅਨਾਊਂਸ ਹੋਣ ਲੱਗ ਪਿਆ ਸਾਰਾ ਕੁਛ ਹੋ ਗਿਆ। ਪਰ ਅੱਜ ਤਾਂ ਸਮੁੱਚੇ ਤੌਰ 'ਤੇ ਸਾਰੀ ਜ਼ਾਰਾ ਗੱਲ ਚੱਲ ਰਹੀ ਆ ਕਿ ਬੀਜੇਪੀ ਇਨਵੋਲਵਮੈਂਟ ਕਰ ਰਹੀ ਅਤੇ ਇਹਨਾਂ ਦੇ ਵਿੱਚੇ ਬੈਠੇ ਆ ਉਹ ਆਗੂ ਬੈਠੇ ਜਿਹੜੇ ਉੱਥੇ ਜਾ ਕੇ ਦਿੱਲੀ ਦੇ ਤਾਕਤਾਂ ਨਾਲ ਸਾਰੀਆਂ ਐਡਜਸਟਮੈਂਟਾਂ ਕਰਦੇ ਰਹੇ ਆ ਅਤੇ ਉਹ ਹੀ ਆਪ ਵਾਲੇ ਬੈਠੇ। ਇਹ ਤਾਂ ਸਾਰਾ ਮੈਂ ਸਮਝਦਾ ਇਸ ਵੇਲੇ ਆ ਤਾਂ ਮੈਂਬਰ ਸਾਹਿਬਾਨ ਵਧਾਈ ਦੇ ਪਾਤਰ ਆ, ਧੰਨ ਧੰਨ ਦੇ ਯੋਗ ਆ, ਜਿਨ੍ਹਾਂ ਦੇ ਉੱਤੇ ਕ੍ਰਾਂਚਕ ਮਾਤਰ ਕੋਈ ਅਸਰ ਨਹੀਂ ਗਾ ਆਹ ਨਾ ਹਾਲਾਤਾਂ ਦਾ, ਉਹ ਨਹੀਂ ਵੈਸੇ ਕਰ ਛੱਡ ਰਹੇ। ਤੋ ਇਸ ਕਰਕੇ ਮੈਂ ਸਮਝਦਾ ਤਾਂ ਲੜਾਈ ਪੂਰੇ ਮੁਲਕ ਨਾਲ ਹੀ ਦਿੱਲੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪਰਮਾਨੈਂਟ ਕਮੇਟੀ ਲੜ ਰਹੀ ਆ। ਦੇ ਐਮ ਪੀ ਦਾ ਜ਼ਿਕਰ ਕਰ ਰਹੇ, ਮੈਂ ਵੀ ਕਾਂਗਰਸ ਦੇ ਇੱਕ ਦੂਸਰੇ ਐਮ ਪੀ ਸੁਖਜਿੰਦਰ ਰੰਧਾਵਾ, ਉਹਨਾਂ ਨੇ ਬੀਤੇ ਦਿਨੀ ਇੱਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਜੇਕਰ ਪੰਜਾਬ ਦੇ ਵਿੱਚ ਭਾਈਚਾਰਾ ਕਾਇਮ ਰੱਖਣਾ ਤੇ ਅਕਾਲੀ ਦਲ ਔਰ ਐਸ ਜੀ ਪੀ ਸੀ ਦਾ ਮਜ਼ਬੂਤ ਰਹਿਣਾ ਬਹੁਤ ਜ਼ਰੂਰੀ ਹੈ, ਤੁਸੀਂ ਉਹਨਾਂ ਦੇ ਬਿਆਨ ਨੂੰ ਕਿੱਦਾਂ ਦੇਖਦੇ ਹੋ? ਦੇਖੋ ਜਿਹੜਾ ਸਿਆਣਾ ਬੰਦਾ ਹੁੰਦਾ, ਇਹ ਕਾਂਗਰਸ ਦੀ ਹਮੇਸ਼ਾ ਪਰੰਪਰਾ ਰਹੀ, ਕਾਂਗਰਸ ਬਹੁਤ ਕਈ ਵਾਰੀ ਦਖਲਅੰਦਾਜ਼ੀਆਂ ਕਰਦੀ ਰਹੀ 47 ਤੋਂ ਬਾਅਦ ਵੀ ਅਤੇ 47 ਤੋਂ ਪਹਿਲਾਂ ਵੀ, ਪਰ ਇਹ ਇੱਕ ਜਿੱਦਾਂ ਲਛਮਣ ਰੇਖਾ ਨੂੰ ਟੱਪਦੇ ਨਹੀਂ ਸੀ, ਇਹ ਮੂੰਹ ਦੀ ਖਾ ਚੁੱਕੇ ਆ, ਇਹਨਾਂ ਨੂੰ ਪਤਾ ਫਿਰ ਅੱਗ ਤੋਂ ਡਰੀ ਉੱਠ ਟਹਿਣੇ ਤੋਂ ਡਰਨ ਵਾਲੀ ਗੱਲ ਆ। ਅਤੇ ਦੂਜੇ ਹੁਣ ਸੋਚਦੇ ਆ ਵੀ ਸ਼ਾਇਦ ਪੰਜਾਬ ਦੀਆਂ, ਦੇਖੋ ਦੋ ਮਹਾਨ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਅੱਜ ਪੂਰੇ ਦਾ ਪੂਰਾ ਹੀ ਜ਼ੋਰ ਲੱਗ ਗਿਆ। ਮੈਂ ਖਾਲਸਾ ਪੰਥ ਨੂੰ ਵੀ ਸਾਵਧਾਨ ਕਰਦਾ, ਇਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਹੱਥ ਪਾਉਣਗੇ ਅਤੇ ਉਹਦੇ ਲਈ ਇਹਨਾਂ ਨੇ ਯਤਨ ਜਾਰੀ ਕੀਤੇ ਆ ਅਤੇ ਉਹ ਯਤਨਾਂ ਦੇ ਵਿੱਚ ਆਪਾਂ ਦੇਖਦੇ ਹਾਂ ਬੂਰ ਕਿਵੇਂ ਪੈ ਰਿਹਾ। ਇਸ ਕਰਕੇ ਕਾਂਗਰਸੀ ਜਾਣੇ ਆ, ਜਾਣਦੇ ਇਹਨਾਂ ਨੂੰ ਪਤਾ ਆ ਵੀ ਇਹਦੇ ਪ੍ਰਬੰਧ 'ਚ ਹੱਥ ਪਾਵਾਂਗੇ ਤਾਂ ਨੁਕਸਾਨ ਹੀ ਹੋਣਾ ਅਤੇ ਬਾਕੀ ਹੁਣ ਨਵੀਂ ਕਾਰਵਾਈ ਜਿਹੜੇ ਨਵੇਂ ਨਵੇਂ ਉੱਠੇ ਆ ਉਹ ਹੁਣ ਦੇਖਦੇ ਵੀ ਸ਼ਾਇਦ ਅਸਮਾਨ ਅਸੀਂ ਥੰਬਿਆ ਆ। ਦੇਖੋ ਜਸ ਜੀ, ਮੈਂ ਤੁਹਾਨੂੰ ਨਿਮਰਤਾ ਸਾਹਿਤ ਬੇਨਤੀ ਕਰਦਾ, ਬਹੁਤੀਆਂ ਇਲੈਕਸ਼ਨਾਂ ਆਉਂਦੀਆਂ ਅਤੇ ਬਹੁਤੀਆਂ ਇਲੈਕਸ਼ਨਾਂ ਚਲਿਆ ਜਾਣੀਆਂ, ਐਵੇਂ ਕਦੇ ਨਹੀਂ ਸੀ ਹੋਇਆ ਕਿ ਐਨੂਅਲ ਚੋਣ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਅਤੇ ਆਪਾਂ ਪੈਸੇ ਮਗਰ ਚੱਕੀ ਫਿਰੀਏ ਮੈਂਬਰਾਂ ਦੇ ਅਤੇ ਫਿਰ ਕਹੀਏ ਅਸੀਂ ਸੁਧਾਰ ਰਹੇ ਹਾਂ।
मैं कहना ये इदू जड्डी की लाणत हो सकती आ कि आप सुधार की कह रहे मैंबर करप्ट कर रहे हैं। तो मैं बहुत मतलब कह लो भी रिलायबल सोर्स ना कह रहा ये एक ऐसी संस्था आ पहली गल तो कोई मैंबर लाग के नहीं आन दिता खुदा ना खासा किसी परमेश्वर इदा का समा ना लिया फिर झूठता भी आ बंदा इस करके तो इन्होंने सुधार लहर नहीं शुरू की यह तो मैं करना जेडे कहिंदे आ इह तां करप्शन शुरू करती इन्होंने ये लाउंदे आ रोज दोष दूजिआं दे उत्ते पर दोष तो हुण सामने ही आ गया पे कित्थे कित्थे की करदे आ। मैं तो कहिंदा इहनूं भी मैं उहनां नूं हाले भी सनेमर बेनती करदा छड्ड दिओ ये काम खालसा पंथ दे इकट्ठे झंडे थले इकट्ठे होईए इहो ही साडा मुंडला सिधांत आ ना कि आपां इन्नी हद वधा दईए भी आप भी गुरु दे देणदार बणीए ते गाहां मैंबर भी बण पर मैंबर किसी ने जिन्हों को जिन्हों को जाते उन्होंने दस भी देंगे तो मेरे को आए थे जी अज तो जाते जे उन्होंने पता ही है सारा इन्होंने मेरे तो बद जा सारे देखो तो 147 मैंबर है टोटल कुछ विदेशों से बैठे आ हूँ ये उदन तो नफरी से गल आ उदन किन्ने जे हाजिर होंगे 140 के लगभग मेरा ख्याल हो जाएंगे। चलो जी मैं तो 100 भी कह सकते हैं जिन्ना चर इलेक्शन नहीं होंगी उन्ना चर जिन्हें मर्जी कह दी 140 कह दो साढ़े नाल आ देखो क्योंकि ये जो मसला आ श्री अकाल तख्त के सन्मुख आ मेरा सुभा नहीं गा किसी क्योंकि मैं जल्द मैटर सब जुड़िस हो ना क्योंकि अकाल तख्त ने उत्थे उन्हें सद्या ये अपनी सफाई दे आई आनी हाल ये तो की करना वो बखरी गल आ पर क्योंकि परंपरावान जड़िया आ वो परंपरावान कल मेरे लिए नहीं कलिया बाकियों नहीं वो सारे आ जे आप एक पास कही जाइए भी असं अकाल तख्त को मानते हैं तो असं अकाल तख्त को समर्पित हाँ तो अकाल तख्त की मर्यादा के अनुसार जीवन का निर्वाह ना करिए क्योंकि फिर मैं जाति किसी से बोलता नहीं ना मेरा सुभा ही आ इदा का तो इस करके क्योंकि अकाल तख्त को मसला उन्होंने कोल पिया पिंड ये तो श्री अकाल तख्त जानन दे आ मैंबर जिहड़े आ ये हुण देखणगे किधर नूं जांदे उन्होंने कल भी कहा कि जिहड़ा तुसीं जिक्र कीता कि बंदी सिंघां वास्ते सिग्नेचर मुहिम चलाई गई उस तों बाद दिल्ली जाण दी गल होई सी तुसीं तां गवर्नर साहब दे उत्ते कहिंदे थब्बा रख के वापस आ गए तुसीं हल्ली जिक्र भी कीता कि दिल्ली कमेटी दा फिर उहदे च रोल। देखो देखो मैं तुहानूं बेनती करां असी सारा सिस्टम वो बना लिया सी असी जथेबंदियां दीआं महीना ला के मीटिंगां भी कीतीआं पहला तो मैं थोड़े एक माध्यम राही दसना चाहना पेल्ला एक 11 मैंबरी कमेटी अकाल तख्त की डायरेक्शन से मैं बनाई सी जेदे विच एक ऐसे टेबल के उत्ते 11 मैंबरी की मीटिंग भी हुई जेदे विच भाई दादूवाल जिहड़ा वो कह गया जी सरदार सुखबीर सिंह बादल नूं क्यों पाया लांबे हो गया जिहड़े दिल्ली वाले महापुरुष सी वो दिल्ली जाके लांबे हो गए मान साहब जदों MP बने वो लांबे हो गए क्योंकि उदों भी लोगों को यह यकीन बज गया सी कि यह कुछ ना कुछ बंदी सिंघां दा होगा पर तोड़न वाले ने उदों भी तोड़ दित्ती फिर हुण अकाल तख्त ने 5 मैंबरी कमेटी बनाई सी जिहदी अनाउंसमेंट उन्हें उत्थों कीती सी मैं उहदा मुख कह लो बुलारा सी ते आ जिहड़े अज स्टेजां ते बहुत कुछ कह रहे नहीं जी दो भी छड्ड गए सी ते बाकी भी छड्ड जांदे की सी उह सी 11 मैंबरी जिहड़े दो छड्ड गए सी ये 5 मैंबरी श्री अकाल तख्त साहब की सी जिस मैं सी बलजिंदर भाजी बल डॉक्टर बलजिंदर सिंह हमदार सी बिरसा सिंह बटोआ सी राजूआणा साहब की भैन सी दिल्ली वाले सरदार रणबीर सिंह कालका सी उह चिट्ठी की कापी का फिर कहूँगा मैं लै लियो पढ़ लियो तुसी भी किन्नी सिफारिश की क्यों किया तो मैं सोचता सी भी ये एक बड़ी बड़ी चिट्ठी तुसी लै लियो जरूर म अपने हरभजन जसकरन वो चिट्ठी इन्हां नूं दे दियो ताकि इन्हां नूं पता लग जाए पढ़ के की सी तो मेरा सी मकसद भी ये अपने कई बार कहते हैं ना भाई अपने पिंड बसिया ने चके पहले ही फिर कहते इवें ना हो जाए भी ये अकाल तख्त ने कमेटी बनाई थी धामी ने तोड़ दी तो वो चिट्ठी भी अकाल तख्त आई थी गांह अकाल तख्त ने मैं भेजी सो कोई नहीं समा आऊगा हर एक का मुलांकन होता पता लग जाऊगा कि कितने कितने आ बहुत धन्यवाद ਔਰ ਭਾਵੇਂ ਬੰਦੀ ਸਿੰਘਾਂ ਦੀ ਰਹਿਈ ਵਾਸਤੇ ਦਸਤੀ ਮੈਂ ਸੀਗੀ ਜਾਂ ਭਾਈ ਰਾਜੂਆਣਾ ਮਾਮਲੇ ਬਾਰੇ ਸੀਗੀ ਜਾਂ ਸ਼ਤਾਬਦੀਆਂ ਬਣਾਈਆਂ ਜੀ ਵਧੀਆ ਕੰਮ ਹੋਇਆ ਜੀ ਪੱਤਰੋ ਵਿਰੋਧੀ ਵੀ ਕਈ ਤੁਹਾਡੇ ਮੰਨਦੇ ਆ ਤੇ ਅਗਲੀ ਵਾਰੀ ਜਦੋਂ ਸੇਵਾ ਮਿਲਣ ਜਾ ਰਹੀ ਆ ਔਰ ਚੋਣ ਹੋ ਰਹੀ ਆ ਤੇ ਅਗਲੇ ਕੀ ਤੁਹਾਡੀਆਂ ਪਲੈਨਿੰਗ ਨੇ ਵੀ ਕੀ ਕੀ ਹੋਰ ਕੰਮ ਕੀਤੇ ਜਾਣਗੇ ਦੇਖੋ ਸਭ ਤੋਂ ਵੱਡੀ ਤਾਂ ਇਸ ਲਈ ਲੋੜ ਆ
मैं बार बार कहना आज बच्चे जेड़े आ विदेशों नू जा रहे जेड़े पढ़े लिखे बच्चे असीं उन्हां लई निश्चे अकैडमी शुरू की आई एस ते आई पी एस लई पी सी एस जुडिशरी की शुरू की आ ਉਹ ਸਾਰੀ ਇਸ ਕਰਕੇ ਕੀਤੀ ਆ ਕਿ ਜਿਹੜਾ ਦਸਤਾਰਧਾਰੀ ਗੁਰੂ ਕਾ ਸਿੱਖ ਸਾਬਤ ਸਾ ਸੂਤ ਦਸਤਾਰਧਾਰੀ ਗੁਰੂ ਕਾ ਸਿੱਖ ਉਹ ਆਪਣੀਆਂ ਸੇਵਾਵਾਂ ਇੱਥੇ ਇਸ ਮੁਲਕ ਦੇ ਵਿੱਚ ਅਤੇ ਖਾਸ ਕਰਕੇ ਪੰਜਾਬ ਦੇ ਵਿੱਚ ਨਿਭਾਵੇ ਸੋ ਹੋਰ ਵੀ ਬਹੁਤ ਸਾਰੀਆਂ ਆ ਉਹ ਸਮੇਂ ਸਮੇਂ ਮੁਤਾਬਕ ਮੈਂ ਕਈ ਵਾਰੀ ਬੋਲਦਾ ਨਹੀਂ ਬੋਲਦਾ ਇਸ ਕਰਕੇ ਨਹੀਂ ਵੀ ਜੇ ਬੋਲਦੇ ਹੀ ਆ ਮੁੜ ਸਵਾਲ ਉੱਠਦੇ ਆ ਵੀ ਜੀ ਬੋਲਿਆ ਸੀ ਤਾਂ ਉਹਦਾ ਫੂੜ ਕੀ ਪਿਆ ਪਰ ਅਸੀਂ ਤਾਂ ਜਿਲ੍ਹੇ ਇਨਮੇ ਲਾਗੂ ਹੋ ਜਾਂਦੀ ਉਸ ਵੇਲੇ ਕਰਦੇ ਹਾਂ ਵੀ ਭਾਈ ਆਹ ਕੰਮ ਜਿਹੜਾ ਆ ਸ਼ੁਰੂ ਹੋ ਗਿਆ ਅਤੇ ਗੁਰੂ ਸਾਹਿਬ ਕਿਰਪਾ ਕਰਨ ਇੱਕ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਕਈ ਵਾਰੀ ਮੀਡੀਆ 'ਚ ਤੁਹਾਡੇ ਆਉਂਦਾ ਜੀ ਕਮਜ਼ੋਰ ਪ੍ਰਧਾਨ ਦੇਖੋ ਇਹ ਸਿੱਖੀ ਦਾ ਇੱਕ ਦਸਤੂਰ ਆ ਨਿਮਰਤਾ ਸਤਿਗੁਰੂ ਜੀ ਨੇ ਪੱਲੇ ਪਾਈ ਆ ਪੈਂਦੀ ਨਹੀਂ ਵੈਸੇ ਬੰਦਾ ਅਭਿਮਾਨੀ ਬਹੁਤ ਹੋ ਜਾਂਦਾ ਮੈਂ ਹਮੇਸ਼ਾ ਸਤਿਗੁਰ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰਕੇ ਤੁਰਦਾ ਸਤਿਗੁਰ ਜੀ ਅੱਜ ਪ੍ਰਧਾਨ ਹੈਗਾ ਕੱਲ੍ਹ ਨੂੰ ਨਹੀਂ ਹੋਣਾ ਅਤੇ ਇਸੇ ਦਰ 'ਤੇ ਫਿਰ ਵੀ ਆਉਣਾ ਅਤੇ ਇੱਥੇ ਗੁਰੂ ਸਾਹਿਬ ਨੇ ਦੇਖੋ ਕਿੱਡਾ ਸਿਧਾਂਤ ਹੈ ਇਸ ਧਰਤੀ 'ਤੇ ਬਖਸ਼ਿਆ ਸੱਤ ਅੱਠ ਪੌੜੀਆਂ ਥੱਲੇ ਨੂੰ ਹੋ ਕੇ ਆਉਂਦਾ ਚੜ੍ਹਦਾ ਸੱਤ ਅੱਠ ਪੌੜੀਆਂ ਕਹਿੰਦੇ ਭਾਈ ਮਤ ਨੀ ਨੀਵੀਂ ਕਰ ਲਾ ਮਨ ਮਤ ਫਿਰ ਆਪਣੀ ਮਨ ਗੁਰੂ ਸਾਹਿਬ ਮਨ ਨੂੰ ਨੀਵਾਂ ਕਰ ਲਾ ਅਤੇ ਮਤ ਤੇਰੀ ਉੱਚੀ ਕਰ ਦੇਣਗੇ ਇਹੋ ਹੀ ਸਾਨੂੰ ਸਿਧਾਂਤ ਦੱਸਦਾ ਅਤੇ ਫਿਰ ਮੈਂ ਚਾਹੁੰਦਾ ਵੀ ਕੋਈ ਇੱਥੇ ਆਪਾਂ ਗੁੰਡੇ ਬਹਾਲਣੇ ਆ ਇੱਥੇ ਤਾਂ ਸਤਿਕਾਰ ਨਾਲ ਹੀ ਆ ਇਹਨੂੰ ਕਮਜ਼ੋਰੀ ਕਹੀ ਜਾਵੋ ਇਹਨੂੰ ਕੁਛ ਕਹੀ ਜਾਵੋ ਪਰ ਸਿੱਖ ਪੰਥ ਸਾਰੇ ਹਰ ਇੱਕ ਦੀ ਗੱਲ ਅਤੇ ਮੈਂ ਹੁਣ ਲਫਜ਼ ਨਹੀਂ ਵਰਤਣਾ ਮੇਰੇ ਮੂੰਹ 'ਚ ਤਾਂ ਆਇਆ ਪਰ ਨਹੀਂ ਵਰਤਣਾ ਸਭ ਜਾਣਦੇ ਆ ਸਭ ਨੂੰ ਪਤਾ ਆ ਅਤੇ ਗੁਰੂ ਸਾਹਿਬ ਕਿਰਪਾ ਕਰਨ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਪਾਣੀ ਪਾਉਣ ਹੁੰਦਾ ਪਾਣੀ ਮੈਂ ਇਸ ਕਰਕੇ ਪਾਉਣ ਹੁੰਦਾ ਇੱਥੇ ਤਾਂ 10 ਪੈਸੇ ਵੀ ਖਰਚਣੇ ਆ ਅਤੇ ਕਈ ਵਾਰੀ ਸਾਨੂੰ ਸਵਾਲ ਹੁੰਦਾ ਵੀ 10 ਰੁਪਈਏ ਖਰਚਣੇ ਤਾਂ 100 ਤੁਹਾਡਾ ਖਰਚ ਆ ਗਿਆ ਪਰ ਇੱਕ ਨਿਯਮ ਆ ਜੇ 10 ਲੱਖ ਦਾ ਖਰਚਿਆ ਤਾਂ ਫਿਰ ਵੀ ਉਹ 'ਤੇ ਓਨੇ ਹੀ ਖਰਚ ਹੋਣੇ ਆ ਸੋ ਇਹ ਤਾਂ ਬਜ਼ੁਰਗਾਂ ਨੇ ਮੈਂ ਸਮਝਣਾ ਅਤੇ ਬਹੁਤ ਵੱਡੀ ਗੱਲ ਨਾ ਇਹਨੂੰ ਅੱਜ ਖੋਰਾ ਲਾਉਣ ਲਈ ਯਤਨ ਵੀ ਤਾਂ ਇਹੋ ਹੀ ਆ ਨਾ ਅਤੇ ਗੁਰੂ ਸਾਹਿਬ ਕਿਰਪਾ ਕਰਨ ਅੱਗੇ ਵੀ ਦੇਖੋ ਮੈਂ ਪਹਿਲਾਂ ਬੇਨਤੀ ਕੀਤੀ ਆ ਤੁਸੀਂ ਦੇਖੋ ਮੇਰੀ ਬੇਨਤੀ ਸੁਣੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਾਡੇ ਇੱਕ ਲਵਾਣੇ ਸਿੰਘ ਸੀ ਮੈਂ ਹੁਣ ਨਾਮ ਵਿਚਰ ਗਿਆ ਉਹਨਾਂ ਦਾ ਸ਼ਾਇਦ ਜੱਜ ਵੀ ਬਾਅਦ 'ਚ ਬਣ ਗਏ ਸੀ ਉਹ ਜਿੰਦਾ ਮਸਾਲ ਆ ਸ਼੍ਰੋਮਣੀ ਕਮੇਟੀ ਦੇ ਵਿੱਚ ਕਿ ਕਾਂਗਰਸ ਦੇ ਮੈਂਬਰ ਸੀ ਕਾਂਗਰਸ ਵੱਲੋਂ ਮਤਲਬ ਕਾਂਗਰਸ ਵੱਲੋਂ ਕੀ ਵੀ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਚੁਣੇ ਗਿਆ ਸ਼੍ਰੋਮਣੀ ਕਮੇਟੀ 'ਚ ਅਤੇ ਜਦੋਂ ਵੀ ਇਲੈਕਸ਼ਨ ਆਉਂਦੀ ਸੀ ਉਹ ਕਹਿੰਦੇ ਨਹੀਂ ਪਾਰਟੀ ਵੱਖ ਅਤੇ ਮੈਂ ਦੱਸ ਦਿੰਦਾ ਭਾਈ ਸਾਡੇ ਭਾਈ ਬਾਬਾ ਤੁਹਾਨੂੰ ਵੀ ਇਹ ਧਰਮ ਨੂੰ ਪਹਿਲਾਂ ਰੱਖ ਕੇ ਚੱਲੇ ਆ ਇਹ ਵੀ ਆਪਣਾ ਇੱਕ ਪੱਖ ਨਾ ਦੇਖੀਏ ਦੋਏ ਪੱਖ ਦੇਖੋ ਮੈਂ ਤੁਸੀਂ ਦੇਖੋ ਆਪ ਹੀ ਸਵਾਲ ਦਾ ਜਵਾਬ ਦੇ ਦਿੱਤਾ ਵੀ ਸਾਰਾ ਕੁਛ ਇਵੇਂ ਹੀ ਹੋ ਰਿਹਾ ਮੈਂ ਤਾਂ ਹੀ ਤਾਂ ਕਿਹਾ ਸੀ ਵੀ ਅੱਗੇ ਅਕਾਲੀ ਬਰਸ ਅਕਾਲੀ ਤਾਂ ਬਹੁਤ ਵਾਰੀ ਭੇੜੇ ਹੋਣਗੇ ਮੰਨ ਲਓ ਪਰ ਆਹ ਜਿਹੜਾ ਐਤਕੀ ਸਨੈਰੀਓ ਹੀ ਨਹੀਂ ਬਣਾ ਦਿੱਤਾ ਇਹਦਾ ਇੱਕ ਵੱਖਰਾ ਹੀ ਬਣਾ ਦਿੱਤਾ ਬਈ ਮੇਨ ਮੰਨ ਜਿਹਨੂੰ ਆਪਾਂ ਕੋਈ ਬੰਦਾ ਤਬੱਕੋ ਹੀ ਨਹੀਂ ਰੱਖਦਾ ਅਤੇ ਬੰਦੇ ਤੋਜ ਤੋਜ ਕਰਦੇ ਹੀ ਆ ਨਾ ਜਿਹੜੇ ਚੰਗੇ ਬੰਦੇ ਆ ਚਲੋ ਬਹੁਤ ਧੰਨਵਾਦ ਮੈਂਬਰ ਸਾਹਿਬਾਨ ਬਹੁਤ ਮੇਤੋਂ ਸਿਆਣੇ ਆ ਅਤੇ ਇਹ ਖਾਲਸਾ ਪੰਥ ਨਾਲ ਹਮੇਸ਼ਾ ਹੀ ਖੜਦੇ ਆ ਕਿਉਂਕਿ ਇਲੈਕਸ਼ਨ ਖਾਲਸਾ ਪੰਥ ਦੀ ਆ ਅਤੇ ਸ਼੍ਰੋਮਣੀ ਕਮੇਟੀ ਦੀ ਆ ਲਵੇ ਲਾਲੀ ਲਾਲੀ ਕਾਕਾ ਇਧਰੋਂ ਆਹ ਗੱਲ ਸੁਣ
ਇਧਰੋਂ ਇਧਰੋਂ ਜਸਵੀਰ ਕੌਰ ਤੇ ਭਲਾਈਪੁਰ ਇੱਥੇ ਤੱਕ ਫੋਟੋ। ਕਵਰ ਹੋ ਗਿਆ ਸਾਰੇ ਕਵਰ ਹੋ ਗਿਆ ਲਾਲ ਜੀ।